ਇੰਨਾ ਸੋਹਣਾ ਹੋ ਗਿਆ, ਉਹਨਾਂ ਜਿਹੜਾ ਵਿਹੜਾ ਖੁੱਲ ਗਿਆ ਹੁਣ ਬੜਾ ਸੋਹਣਾ ਹੋ ਗਿਆ, ਇੱਧਰ ਬੱਸ ਖੜਾ ਤੇ ਉਹ ਵੀ ਟਕਿਆ ਗਿਆ ਹੁਣ ਚਾਹੇ ਕਿੱਥੋਂ ਪੜਨੀ ਹਰ ਜਨ ਨਿਸ਼ਾਨ ਤਾਂ ਲੱਗ ਗਿਆ ਬੜੇ ਨਾ ਵਜੋ ਮਾਸੀ ਨੇ ਪੁਰਸ਼ ਫੇਰ ਲਾ ਜੀ ਠੀਕ ਠੀਕ ਰੇਟ ਕਰਾ ਕੇ ਗਿਆ ਉਹਦੇ ਬਾਅਦ ਤੁਹਾਨੂੰ ਬਹੁਤ ਆ ਜਾਗਾ ਹਨਾ ਉਹ ਸੀਡ ਉਧਰ ਆਏ ਨਹੀਂ ਖੁੱਲੀ। ਹੈਲੋ ਗੁੱਡ ਮਾਰਨਿੰਗ ਐਵਰੀਵਨ, ਵੈਲਕਮ ਬੈਕ ਟੂ ਤੁਹਾਡਾ ਸਾਰਿਆਂ ਦਾ ਆਪਣਾ ਯੂਟਿਊਬ ਚੈਨਲ ਗੁਰਜਸ ਵਲੌਗਸ। ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਹੁਣ ਹੋ ਗਈ ਮਾਰਨਿੰਗ, ਅਸੀਂ ਸਾਰੇ ਜਣੇ ਉੱਠ ਗਏ ਹਾਂ। ਮੈਂ ਅਤੇ ਖੁਸ਼ੀ ਦੋਨੇ ਜਣੇ ਚੱਲੇ ਹਾਂ ਕੱਪੜੇ ਧੋਣ, ਕਿਉਂਕਿ ਕਾਫੀ ਦਿਨ ਦੇ ਸਾਡੇ ਕੱਪੜੇ ਬਹੁਤ ਪਏ ਆ ਅਤੇ ਇੱਕ ਆਪਾਂ ਟੈਂਕੀ ਖਾਲੀ ਕਰਨੀ ਆ ਅਤੇ ਟੈਂਕੀ ਖਾਲੀ ਕਰਕੇ ਅੱਜ ਬਾਥਰੂਮਾਂ ਦੇ ਉੱਪਰ ਫਿਕਸ ਕਰ ਦੇਣੀ ਆ। ਇਸ ਕਰਕੇ ਹੁਣ ਮੈਂ ਅਤੇ ਖੁਸ਼ੀ ਚੱਲੇ ਹਾਂ ਕੱਪੜੇ ਧੋਣ, ਸਾਡੀ ਪੂਰੀ ਤਿਆਰੀ ਹੈ ਅਤੇ ਸਾਰਿਆਂ ਨੇ ਵਲੌਗ ਨਾਲ ਬਣੇ ਰਹੇ। ਮੈਂ ਅਤੇ ਖੁਸ਼ੀ ਲੱਗੇ ਹਾਂ ਕੱਪੜੇ ਧੋਣ, ਇੰਨਾ ਔਖਾ ਹੋਇਆ ਪਿਆ ਟੈਂਕੀ 'ਚੋਂ ਬਾਲਟੀਆਂ ਭਰ ਭਰ ਪਾਣੀ ਕੱਢ। ਇੱਥੇ ਆਪਾਂ ਟੈਂਪਰੇਰੀ ਬਾਥਰੂਮ ਤਿਆਰ ਕੀਤਾ ਪਿਆ ਆਪਾਂ। ਮਾਸੜ ਤਾਂ ਆਪਣਾ ਨਾਪ ਲੈਣ ਆਇਆ ਉੱਥੇ ਜੀ, ਥੱਕ ਗਈ ਆ ਮੈਂ ਤੇ ਖੁਸ਼ੀ, ਕੱਪੜੇ ਧੋ ਲਈ ਅਸੀਂ ਹੁਣ, ਬਹੁਤ ਔਖਾ ਹੋਇਆ ਪਿਆ। ਖੁਸ਼ੀ ਮੈਨੂੰ ਬਾਲਟੀਆਂ ਫੜਾ ਰਹੀ ਆ ਚੱਕ ਚੱਕ। ਅੱਛਾ ਮਾਸੜ ਹਿਸਾਬ ਕਿਤਾਬ ਲਾ ਰਿਹਾ ਕਿੰਨੇ ਕੇ ਫੁੱਟ ਦੀ ਹੈ, ਚੌਂਕੜਾ ਜਿਹਾ ਬਣਾਉਣਾ ਉਹਦਾ ਮਾੜਾ ਜਿਹਾ। ਸਾਡੀਆਂ ਟੈਲਾਂ ਲਵੇੜਤੀਆਂ, ਖੁਸ਼ੀ ਮਰ ਗਈਆਂ ਬਾਲਟੀਆਂ ਚੱਕ ਚੱਕ ਕੇ। ਅਤੇ ਆਪਾਂ ਸੱਦਿਆ ਆਪਣੇ ਮਿਸਟਰ ਸਾਹਿਬ ਨੂੰ, ਆ ਕੇ ਇਹਨਾਂ ਨੇ ਪੈਪ ਲਾ ਕੇ ਪਾਣੀ ਕੱਢ ਕੇ ਦਿੱਤਾ, ਸਾਡਾ ਤਾਂ ਬਹੁਤ ਔਖਾ ਹੋਇਆ ਪਿਆ ਸੀ। ਆਪਾਂ ਉਹਦੇ ਨਾਲ ਪਾਣੀ ਨਿਕਲਦਾ ਨਾ ਬਾਲਟੀ ਚੱਕੀ ਜਾ ਰਹੀ ਨੀ, ਅਸੀਂ ਥੱਕ ਗਿਆ ਮੁੰਡਾ ਸਾਡਾ ਵੀ, ਕੀ ਕਰੀਏ ਇਕੱਲਾ ਬੜਾ ਪੈਪ ਲਾ ਕੇ ਪਾਣੀ ਕੱਢ ਕੇ ਗਿਆ, ਥੱਕ ਹੋ ਗਿਆ। ਆਪਾਂ ਬਾਲਟੀਆਂ ਚੱਕ ਚੱਕ ਅੱਧੀ ਰਹਿ ਗਈ, ਥੱਲੇ ਜਾਣਾ ਤੀ ਇਹਨਾਂ ਦਾ ਭਾਬੀ, ਥੱਲੇ ਜਾਣਾ ਤੀ, ਜਾਓ ਥੱਲੇ, ਟਾਈਮ ਲੱਗੂ ਉਹਦੇ ਕੱਪੜਿਆਂ ਨੂੰ। ਕਿੱਥੇ ਕਿੱਥੇ ਕੰਮ ਪੁੱਜ ਜਾਵਾਂ ਅਸੀਂ, ਇਹ ਵਾਲੀ ਕੰਧ ਉੱਪਰ ਤਾਂ ਕੱਢਣੀ ਹੁਣ, ਤੇ ਬਾਹਰ ਮਾਸਟਰ ਨੇ ਪਲਸਤਰ ਕਰਤਾ, ਅੰਦਰਲੀ ਕੰਧ ਕੱਢਣੀ ਸ਼ੁਰੂ ਕਰਤੀ ਆ, ਤੇ ਜਿਹੜੇ ਡੱਕ ਸੀ ਇਹ ਵੀ ਬੰਦ ਕਰਤੇ ਆ, ਪੈਪਾਂ ਦੀ ਪੂਰੀ ਫਿਟਿੰਗ ਹੋ ਗਈ ਆ, ਬਸ ਟੈਂਕੀ ਰੱਖਣੀ ਆ ਹੁਣ ਉੱਪਰ। ਅਰਮਾਨ ਸਾਡਾ ਬਹੁਤ ਕੰਮ ਕਰਦਾ, ਕਹਿੰਦਾ ਮੈਂ ਕਿਸੇ ਨੂੰ ਨੀ ਕੰਮ ਕਰਨ ਦੇਣਾ, ਮੈਂ ਹੀ ਸਾਰੀਆਂ ਇੱਟਾਂ ਓਏ ਆਪ ਹੀ ਕਰੂੰਗਾ ਇੱਟਾਂ। ਅਰਮਾਨ ਸਿੰਘ ਮਾਸੀ ਅੱਜ ਕੀ ਸਵੇਰੇ ਸਵੇਰੇ ਕਿਹੜੀ ਚਾਹ ਪਲਾਤੀ ਨੂੰ, ਜਿਹੜਾ ਕਿਸੇ ਨੂੰ ਲਾਗੇ ਲੰਗਰ ਦਿੱਤਾ, ਤਾਂ ਸਾਡੇ ਹਿੱਸੇ ਦਾ ਕੰਮ ਕਰਨ ਲੱਗਾ ਜੀ, ਚਾਹ ਚੜਿਆ ਪਿਆ ਹੁਣ ਤਾਂ ਉਹਨੂੰ, ਜੇ ਲੱਗ ਗਈ ਨਾ ਫਿਰ ਦੇਖੀ ਤੇਰੀ ਸਰਵਿਸ ਹੁੰਦੀ। ਤੇਰਾ ਵੀਰਾ ਕਿੱਥੇ ਅਰਮਾਨ, ਅਰਮਾਨ ਤੇਰਾ ਵੀਰਾ ਕਿੱਥੇ ਆ, ਵੀਰਾ ਸਮਾਨ ਕੀ ਕਰਨ ਗਿਆ, ਮਿਸਟਰ ਸਾਡੇ ਗਏ ਆ ਸਮਾਣੇ ਸਮਾਨ ਲੈਣ ਵਾਸਤੇ ਟੂਟੀਆਂ ਦਾ, ਸੀਟ ਵੀ ਅੱਜ ਕਹਿੰਦੇ ਲੱਗ ਜਾਣੀ ਆ, ਪਲੰਬਰ ਦਾ ਤਾਂ ਆਲਮੋਸਟ ਸਾਰਾ ਕੰਮ ਹੋ ਗਿਆ। ਇਹ ਕਿੱਥੇ ਤੱਕ ਮਸੀਰਾ ਦੇ ਲਾਉਣੇ ਆ,
ਟੀਨ ਚੱਕੀ ਹੋਈ ਹੈ। ਅਰਮਾਨ ਸਰ ਸਾਨੂੰ ਲੰਘਣ ਨੂੰ ਜਗ੍ਹਾ ਦੇ ਦੋ ਸਰ ਜੀ, ਆਪਾਂ ਲੰਘ ਜੀ। ਪਾਣੀ ਕਿਹਦੀ ਪੀਣਾ, ਮਿੱਠਾ ਬਣਾ ਕੇ ਦਵਾਂ? ਇੱਧਰ ਪੂਰੇ ਪੈਰ ਫਿੱਟ ਕਰਦੇ, ਬਸ ਸੀਟਾਂ ਹੀ ਰੱਖਣੀਆਂ। ਮਿਸਤਰੀ ਸਾਹਿਬ ਮਿੱਠਾ ਪਾਣੀ ਹਾਜ਼ਰ। ਕੀ ਕਹਿੰਦੇ ਮਾਸਾ ਨੇ? ਸਾਰੀ ਗੱਲ ਹੀ ਪਲਟਾ ਤੀ, ਇੰਨੀ ਗਰਮੀ ਹੈ, ਠੰਡਾ ਪਾਣੀ ਪੀਓ। ਪਹਿਲਾਂ ਮਿੱਠਾ ਪਾਣੀ ਪਿਲਾ ਦਾਂਗੇ, ਫਿਰ ਚਾਹ ਪਿਲਾ ਦਾਂਗੇ। ਜ਼ਿਆਦਾ ਮਿੱਠਾ ਪਾ ਕੇ ਪਿਲਾਵਾਂਗੇ ਨਾ, ਬੰਦੇ 'ਚ ਐਲਰਜੀ ਰਹਿੰਦੀ ਆ। ਮੇਰੀ ਤਾਂ ਖੁਸ਼ੀ ਡਿਊਟੀ ਲੱਗੀ ਸੀ ਚਾਹ ਬਣਾਉਣ ਦੀ, ਖੁਸ਼ੀ ਪਾਣੀ ਵਰਤਾ ਰਹੀ ਸੀ, ਮੈਂ ਚਾਹ ਪੈ ਗਿਆ ਪੰਗਾ, ਬਾਕੀ ਸਾਰੇ ਜਣੇ ਲੱਗੇ ਆ ਕੰਮ ਕਰਨ। ਮਿਸਟਰ ਗਏ ਆ ਸਮਾਨ ਲੈਣ ਵਾਸਤੇ, ਸਮਾਨ ਹੈ ਟੂਟੀਆਂ ਦਾ, ਅਤੇ ਜਿਹੜੀ ਸਾਡੀ ਚਾਹ ਸੀ ਖਰਾਬ ਹੋ ਗਈ, ਦੁੱਧ ਸਾਰਾ ਫਟ ਗਿਆ। ਇੰਨੇ ਚਾਵਾਂ ਨਾਲ ਪਤੀਲੀ ਭਰ ਕੇ ਚਾਹ ਬਣਾਈ ਸੀ। ਚੱਲ ਖੁਸ਼ੀ, ਉਹ ਜ਼ਿੰਦਾਬਾਦ ਨੂੰ ਡੋਲ ਕੇ ਆ, ਖੁਸ਼ੀ ਸਿੱਟ ਕੇ ਆਊਗੀ ਹੁਣ। ਖੁਸ਼ੀ ਚੱਲ ਦੁਬਾਰਾ ਫੇਰ ਬਣਾਉਣੀ ਪੈਣੀ, ਹੁਣ ਆਪਾਂ ਫਿਰ ਦੁਬਾਰਾ ਚਾਹ ਬਣਾਈਏ। ਲਓ ਜੀ ਇੱਧਰ ਮੋਹਨ ਸਾਹਿਬ ਲੱਗੇ ਇੱਟਾਂ ਉੱਟਾਂ ਫੜਾਉਣ, ਮੈਂ ਲੱਗਿਆ ਚਾਹ ਪੀਣ, ਆ ਜਾਓ ਚਾਹ ਪੀ ਲਓ। ਤੁਸੀਂ ਸਾਡੀ ਲੱਗੀ ਧੋਣ, ਸਮਾਨ ਅਸੀਂ ਲਿਆਂਦਾ ਟੂਟੀਆਂ ਟਾਟੀਆਂ ਸੀਟਾਂ ਸੂਟਾਂ ਹੀ ਆ, ਦੇਖੋ ਅੰਗੇ ਕੁਰਸੀ ਵਾਲੀ ਸੀਟ ਵੀ ਲਿਆਂਦੀ ਆ, ਦੂਜੀ ਵੀ ਲਿਆਂਦੀ, ਉਹ ਅੰਦਰ ਪਈ ਆ ਮਾਛੜਾ, ਉਹ ਮਾਛੜਾ ਇੱਧਰ ਮਾਛੜਾ ਲੈਂਟਰ ਲਾਇਆ, ਉਹ ਆਪਦੀ ਨੂਣ ਵੀ ਤੰਗ ਕਰ ਆ ਕੱਲਿਆ, ਫਟਾਫਟ ਇੱਟਾਂ ਉੱਟਾਂ ਛੱਡ ਦਾ ਨਾ, ਅਸੀਂ ਧੂਆਂ ਕੱਢ ਦਿੰਦਾ ਆਪਣੇ ਕੀ ਜੋਰ ਲਾਉਂਦਾ। ਹਾਂ ਨੂੰ ਤਾਂ ਡਰ ਲੱਗਦਾ, ਪਤਾ ਵੀ ਇੱਟਣਾ ਮਾਰੇ ਹਾਂ, ਇਹਦਾ ਬਚ ਚੱਲੇ ਤਾਂ ਆਪਾਂ ਤੋਂ ਕਾਂਡੀ ਵੀ ਬਣਵਾ ਮਸਾਲਾ ਲੈ ਕੇ ਆਵਾਂ ਜਾਂ ਮਾਸੀ, ਤੂੰ ਮਸਾਲੇ ਤੇ ਲੈ ਖੱਲੇ ਤੇ ਇੱਟਾਂ ਸੀ ਲਿਆਉਂਦੇ ਆ। ਲੈ ਵੀ ਰਵੀ ਤੇਰੀ ਸ਼ਿਫਟ ਚੇਂਜ ਹੋ ਗਈ, ਆਹ ਦੇ ਆਉਂਦਾ ਇੱਟਾਂ ਵਾਲਾ ਦੇਖ, ਪਾਈਪ ਤੇ ਨਾ ਛੱਡਦੀ ਪੁੱਤਰੀਏ, ਬਾਕੀ ਸੜ ਜੂ ਪਾਈਪ ਤੇ ਨਾ ਮਾਰੀ। ਮਾਛੜ ਨੇ ਆਹ ਬਹੁਤ ਵਧੀਆ ਕਰਤਾ, ਮਾਸੀ ਕਹਿੰਦੀ ਵੀ ਇੱਥੋਂ ਬਾਸੜ ਆਉਂਦੀ ਜਦੋਂ ਮੀਂਹ ਕਣੀ ਆਉਂਦੀ ਤੀ, ਤੇ ਮਾਸੜ ਕਹਿੰਦਾ ਕੋਈ ਗੱਲ ਨੀ ਮੈਂ ਇੱਥੇ ਕੰਧ ਕੱਢ ਦੇਣਾ, ਮਾਸੜ ਨੇ ਵਿਚਾਰੇ ਨੇ ਲਾ ਕੇ ਝੱਟ ਕੰਧ ਹੀ ਕੱਢਤੀ, ਆਪਣੇ ਕੋਲੇ ਵੀ ਬਣ ਗਏ ਪੂਰਾ ਖੁੱਲ ਗਿਆ ਆਪਣਾ ਗੇਟ, ਦੇਖੋ ਮਾਸੀ ਆਉਂਦੀ ਨਾ। ਕਿਆ ਹਾਲ ਚਾਲ, ਵਧੀਆ, ਕੈਸਾ ਲੱਗ ਰਿਹਾ ਹੈ? ਬਹੁਤ ਵਧੀਆ ਲੱਗ ਰਿਹਾ, ਹੁਣ ਤੈਨੂੰ ਕੁਰਸੀ ਵਾਲੀ ਸੀਟ ਮਿਲ ਗਈ, ਉਹ ਤੇ ਬਹਿ ਜਾ ਕਰੀ, ਬਹੁਤ ਵਧੀਆ ਲੰਬਰ ਵਨ। ਕਿਉਂ ਮੋਹਨ ਸਾਹਿਬ ਕੀ ਕਹਿੰਦੀ, ਗਰਮੀ ਬਹੁਤ ਜ਼ਿਆਦਾ ਗਰਮੀ ਆ, ਨੰਬਰ 1 ਕੌਣ, ਨੰਬਰ 1 ਤੇਰੀ ਭਾਬੀ ਤੇ ਗੁਰਜਾਤ, ਕਿਆ ਭਾਬੀ ਨੰਬਰ 1, ਕਿਆ ਮੇਰੀ ਭਾਬੀ ਨੰਬਰ 1, ਹਾਂ ਹੋਰ ਕੀ ਕਹੇਗਾ, ਕੀ ਕਹੇਗਾ ਹੋਰ, ਹੋਰ ਕੀ ਕਹੇਗਾ, ਪੰਜਾਹ ਬਨ, ਪੰਜਾਹ ਬਨ ਹੈ, ਠੀਕ ਆ।
ਉਦੋਂ ਵੀ ਗਾਹਾਂ ਵਧਾ ਕੇ ਗਏ ਨੇ 50 ਨੰਬਰ ਬਣ। ਮੈਂ ਨਹੀਂ ਲੈ ਕੇ ਜਾਂਦੀ ਹੁਣ ਹੋ ਗਈ ਆ ਲੰਚ ਬ੍ਰੇਕ, ਸਾਨੂੰ ਵੀ ਕੋਲਡ ਡਰਿੰਕ ਦੇ ਦੋ। ਅਰਮਾਨ ਸਾਡਾ ਇੰਨਾ ਸ਼ਤਾਨ ਆ, ਬਾਹਰੋਂ ਕੱਲਾ ਕੱਲਾ ਕੋਲ ਕਰੇ ਖਾ ਕੇ ਖਾਲੀ ਲਵਾਵਾ ਤੂੰ ਸਾਨੂੰ ਦੇਤਾ ਹੈ। ਆਪਣੀ ਭਾਬੀ ਨੂੰ ਨੀ ਦੇਣੀ ਸੀ ਚੀਜ਼ੀ, ਹੁਣ ਅਸੀਂ ਪੀ ਰਹੇ ਹਾਂ ਕੋਲਡ ਡਰਿੰਕ। ਸਾਨੂੰ ਤਾਂ ਫਿਰ ਲੱਗੂਗੇ ਕੰਮ ਤੇ ਨਾ, ਗਰਮੀ ਬਹੁਤ ਹੈ, ਗਰਮੀ ਨੇ ਬਹੁਤ ਮੱਤ ਮਾਰੀ ਅੱਜ, ਅਸੀਂ ਇਹਨਾਂ ਨੂੰ ਸ਼ਿਕਾਇਤ ਵਾਲਾ ਪਾਣੀ ਨਹੀਂ ਪਿਲਾਇਆ। ਖੁਸ਼ੀ ਡੂਟੀ ਫਿਰ ਲੱਗ ਗਈ ਕੜੀ ਬਣਾਉਣ ਤੇ, ਕਹਿੰਦੇ ਤੁਸੀਂ ਮੇਰੀ ਕੜੀ ਬਹੁਤ ਜ਼ਿਆਦਾ ਸਵਾਦ ਬਣਾਈ ਸੀ ਅੱਜ ਫਿਰ ਬਣਾਓ। ਮੈਨੂੰ ਤੇ ਖੁਸ਼ੀ ਨੂੰ ਕੜੀ ਬਣਾਉਣ ਲਾਇਆ, ਇੱਕ ਸਾਈਡ ਆਪਾਂ ਬਣਾਉਣੇ ਪਕੌੜੇ, ਇੱਕ ਸਾਈਡ ਕੜੀ। ਪਤਾ ਹੁਣ ਅਸੀਂ ਟਾਈਮ ਦੁਪਹਿਰ ਦੇ 3 ਵਜੇ ਆ, ਮੈਨੂੰ ਤੇ ਖੁਸ਼ੀ ਨੂੰ ਇਹ ਕਿ ਆਪਾਂ ਫਟਾਫਟ ਆਪਣਾ ਕੰਮ ਨਿਬੇੜੀ, ਕਿਉਂਕਿ ਬਾਅਦ 'ਚ ਆਪਾਂ 12ਵੀਂ ਦਿਹਾੜੀ ਕਰਨੀ, 12ਵੀਂ ਦਿਹਾੜੀ 'ਤੇ ਕੰਮ ਕਰਨਾ, ਇਸ ਕਰਕੇ ਦਾਲ ਸਬਜ਼ੀ ਆਪਾਂ ਕਿਹਾ ਟਾਈਮ ਨਾਲ ਬਣਾ ਲਈਏ, ਇਸ ਕਰਕੇ ਮੇਰੀ ਤੇ ਖੁਸ਼ੀ ਦੀ ਫਟਾਫਟ ਦੇਰ ਬਣੀ ਪਈ ਹੈ। ਹਾਂਜੀ ਮਾਸਟਰ, ਅਰਮਾਨ ਕੰਮ ਕਰ ਰਿਹਾ ਆ ਵੀ, ਮੰਮੀ ਸਮੋਸੇ ਭਾਂਡੇ ਆ ਵੀ, ਸੰਗਤੋ ਮੰਦਾ ਹੀ ਆ, ਗਰਮੀ ਇੰਨੀ ਆ, ਇੱਕ ਮਿੱਟੀ ਭਰ ਰਿਹਾ, ਇੱਕ ਚੱਕ ਰਿਹਾ ਵਿਚਾਰਾ, ਮਸਤੀ ਸਿੱਟ ਰਹੀ ਆ। ਆਂਟਾ ਪਕੌੜੇ ਆਪਣੇ ਰੈਡੀ ਆ, ਨਾਲ ਬਣਾ ਲਈ ਮੈਂ ਚਟਨੀ, ਇੱਧਰ ਕੜੀ ਵੀ ਬਣ ਗਈ ਆ ਅਤੇ ਚਾਹ ਦੀ ਤਿਆਰੀ ਚੱਲ ਰਹੀ ਆ, ਚਾਹ ਵੀ ਬਣ ਗਈ ਅਤੇ ਇੱਧਰ ਕੰਧ ਨਿਕਲ ਗਈ ਸਾਰੀ, ਇੱਧਰੋਂ ਸਾਹਮਣੇ ਕੰਧ ਨਿਕਲ ਗਈ ਆ, ਆਲਮੋਸਟ ਸਾਰਾ ਕੰਮ ਹੋ ਗਿਆ ਅਤੇ ਮਾਸੜ ਲਾ ਰਿਹਾ ਇੱਧਰ, ਅਦੇ ਸੀਟਾਂ ਦੱਬਣ ਵਾਲੀਆਂ ਰਹਿ ਗਈਆਂ ਅਤੇ ਭਰਤ ਪਾਉਣ ਵਾਲੀ ਰਹਿ ਗਈ ਆ। ਇਹ ਆਪਣਾ ਸਮਾਨ ਚੱਕ ਰਿਹਾ ਅਰਮਾਨ ਸਿੰਘ, ਨਾ ਨਾ ਤੂੰ ਨੀ ਆਉਣਾ, ਨਾ ਨਾ ਸੋਟੀ ਆ ਜਾ, ਤੂੰ ਨੀ ਆਉਣਾ ਭਾਬੀ, ਬਣਾ ਤਾਂ ਹੀ ਆਉਣਾ, ਲੜਾਈ ਹੋ ਜੂਣੀ, ਬਟ ਕੋਲਡ ਡਰਿੰਕ ਗਾਂਗਾ ਚੱਲ ਪਾਣੀ ਆ, ਬਹੁਤ ਗਰਮ ਸੀ, ਮੈਨੂੰ 2 ਗਲਾਸ ਦੇ ਦੇ। ਲਓ ਜੀ ਇਧਰ ਪਕੌੜੇ ਖਵਾ ਰਿਹਾ, ਹੁਣ ਮਾਛੜ ਨੇ ਸਾਡੇ ਨੇ ਛੱਡ ਨਹੀਂ ਪਾਈ, ਜਿਹੜਾ ਨਗ ਦਿਖਾ ਦਿੰਦੇ ਮੂੰਹ ਨੂੰ ਗੱਲਾਂ। ਹਾਂਜੀ ਕਿਵੇਂ ਲੱਗੇ ਪਕੌੜੇ? ਬਹੁਤ ਅੱਛੇ। ਹਾਂ ਨੰਬਰ 1 ਮਾਸੀ, ਵਧਾਈਆਂ ਤੈਨੂੰ, ਨਾਰਾਜ ਭਾਈ ਸਾਹਿਬ ਨੂੰ ਵਧਾਵੇ। ਕੰਧ ਕੁੰਧ ਨਿਕਲ ਗਿਆ, ਹੁਣ ਬਸ ਰਹਿ ਗਿਆ ਭਰਤ ਪਾਉਣਾ, ਮਿੱਟੀ ਦੀ ਟਰਾਲੀ ਵੀ ਆ ਗਈ ਆ, ਅਸੀਂ ਹੁਣ ਸਾਰਿਆਂ ਨੇ ਰਲ ਮਿਲ ਕੇ ਭਰਤ ਪਾ ਦੇਣਾ। ਹਾਂ ਮਾਸੀ ਆਏ, ਛੋਟੀ ਮਾਸੀ, ਮਾਸੀ ਦਾ ਸਾਰਾ ਕੁਝ ਬਣਦਾ, ਕਹਿੰਦੇ ਛੋਟੀ ਮਾਸੀ ਵੀ ਘੈਂਟ ਆ ਗਏ, ਵਧੀਆ ਕਹਿੰਦੀ ਸੁਭਾਅ ਦੀ ਬਹੁਤ ਚੰਗੀ ਆ। ਹਾਂ ਪਾੜੇ ਮਾਛੜ ਜੀ ਨੀ ਵਧੀਆ ਮਿਲੇ ਸਾਨੂੰ, ਨੰਬਰ 1 ਪਰਾਹੁਣੇ ਨੇ ਕਹਿੰਦੇ। ਹਾਂ ਗੁਜੀ ਚਟਨੀ ਵੀ ਬਣਾਈ ਇਹਨਾਂ ਨੇ, ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਚਟਨੀ ਬਣਾ ਲਈ ਹੈ ਤੁਸੀਂ, ਤਾਂ ਹੀ ਤੈਨੂੰ ਬਾਰ ਬਾਰ ਦੁਕਾਨ ਤੇ ਭੇਜ ਦੀਆਂ ਦੀ ਹਨਾ, ਸਿਖਾਦਾ ਚੱਲ ਵਧੀਆ। ਧੋ ਕੇ ਹੁਣ ਅਸੀਂ ਹੋ ਗਏ ਆ ਰੈਡੀ, ਮੈਂ ਮਾਸੀ ਮਾਸੜ ਤੇ ਮਿਸਟਰ ਚਾਰੇ ਜਣੇ ਚੱਲੇ ਆ ਟੈਲਾ ਦੇਖਣ ਵਾਸਤੇ, ਕਿੱਥੇ ਚੱਲੇ ਆ ਸਾਰੇ ਜਣੇ ਬਲੌਗ ਨਾਲ ਬਣੇ ਰਹੋ, ਬਹੁਤ ਜ਼ਿਆਦਾ ਬਿਜੀ ਆ, ਬਸ ਨਹਾ ਕੇ ਚੱਲੇ ਆ, ਟਾਈਮ ਵੀ ਨਹੀਂ ਹੈਗਾ, ਫਿਰ ਮੈਂ ਜਾ ਕੇ ਗੱਡੀ 'ਚ ਹੀ ਪਾਉਣੀ। ਓਏ ਹੋਏ ਕਿੱਥੇ ਚੱਲੇ ਜਾਣਾ, ਪੱਥਰ ਲਾਉਣ ਵਾਸਤੇ,
ਮਾਸੀ ਤੂੰ ਤਾਂ ਆਪਣੇ ਜੀਜੇ ਦੇ ਪਰਨੇ ਨਾਲ ਦਾ ਸੂਟ ਪਾ ਕੇ ਆਈ ਉਧਰ ਬਾਵਾ ਮਾਛੜ ਜੈਲਸੀ ਫੀਲ ਕਰਦਾ ਸੰਗਤਾਂ ਪਹੁੰਚ ਚੁੱਕੀਆਂ ਪੱਥਰ ਦੇਖਣ ਵਾਸਤੇ ਅਲੱਗ ਅਲੱਗ ਡਿਜ਼ਾਈਨ ਆ ਹੁਣ ਮਾਸੀ ਦੇਖੋ ਇਹ ਤਾਂ ਰਸੋਈ ਵਾਸਤੇ ਆ ਇੱਥੇ ਦੇਖਦੇ ਹਾਂ ਕੀ ਪਸੰਦ ਆਉਂਦਾ ਸੋਹਣੀਆਂ ਲੱਗੀਆਂ ਪਸੰਦ ਨਹੀਂ ਆਈਆਂ ਹੁਣ ਚਲੋ ਸੰਗ ਤੋਂ ਦੂਜੀ ਦੁਕਾਨ ਤੇ ਚਾਨਣਾ ਪਾਓ ਦੂਜੀ ਦੁਕਾਨ ਤੇ ਚਲੋ ਟੈਲਾ ਦੇਖਿਆ ਹੁਣ ਅਸੀਂ ਇਹਨਾਂ ਨੇ ਡਿਸਪਲੇ ਕੀਤੀ ਆ ਬਣੀ ਡਿਜ਼ਾਈਨ ਸਾਨੂੰ ਇੱਕ ਦਿਨ ਘਰ ਆਏ ਸੀ ਮਿਲਣ ਭਾਜੀ ਕਹਿੰਦੇ ਮੈਂ ਤੁਹਾਨੂੰ ਦੱਸਦਾ ਨਾ ਕਿੱਥੋਂ ਸਮਾਨ ਵਧੀਆ ਮਿਲਦਾ ਮਾਸੀ ਕਿੱਦਾਂ ਫਿਰ ਠੀਕ ਆ ਮਾਸੀ ਕਿਹੜੀ ਸੋਹਣੀ ਲੱਗੀ ਕਿਹੜੀ ਸੋਹਣੀ ਲੱਗੀ ਅੱਛਾ ਮਾਸੀ ਨੇ ਬੁਰਸ਼ ਫੇਰਨਾ ਵਾ ਜੀ ਮੈਂ ਕਿਹਾ ਭਾਜੀ ਨੇ ਵਧੀਆ ਰੇਟ ਕਰਵਾਤਾ ਹਾਂ ਨਾਲੇ ਡਿਜ਼ਾਈਨ ਵੀ ਪਸੰਦ ਭਾਜੀ ਸਾਨੂੰ ਮਿਲਣ ਆਏ ਸੀਗੇ ਸੈਬ ਚ ਆਏ ਸੀ ਨਾ ਭਾਜੀ ਤੁਸੀਂ ਸੈਬ ਚ ਆਏ ਸੀ ਨਾ ਮਿਲਣ ਸੈਬ ਚ ਆਏ ਸੀ ਮਿਲਣ ਅਤੇ ਅੱਜ ਭਾਜੀ ਦਾ ਕੁਦਰਤੀ ਫੋਨ ਆ ਗਿਆ ਤੇ ਅੱਜ ਮੇਲ ਵੀ ਹੋ ਗਿਆ ਭਾਜੀ ਹਾਂ ਨਾਲੇ ਬਿਲਕੁਲ ਸਹੀ ਰੇਟ ਤੇ ਟੈਲਾ ਦਵਾ ਦਿੱਤੀ ਪਹਿਲਾਂ ਵੀ ਵਧੀਆ ਦਵਾ ਦਿੱਤੀਆਂ ਡਿਜ਼ਾਈਨ ਵੀ ਬਹੁਤ ਸੋਹਣਾ ਸੀ ਹਾਂ ਨੰਬਰ 1 ਟੈਲਾ ਤੁਹਾਨੂੰ ਘਰ ਜਾ ਕੇ ਦਿਖਾਵਾਂਗੇ ਸਾਨੂੰ ਆ ਗਈਆਂ ਪਸੰਦ ਤੁਹਾਨੂੰ ਡਿਜ਼ਾਈਨ ਸਾਰਿਆਂ ਨੂੰ ਦਿਖਾ ਤੇ ਗੈਸ ਕਰਿਓ ਕਿਹੜਾ ਕਿਹੜਾ ਡਿਜ਼ਾਈਨ ਆਪਾਂ ਸਿਲੈਕਟ ਕੀਤਾ ਹੋਊਗਾ ਤੇ ਹੁਣ ਅਸੀਂ ਚੱਲੇ ਆ ਗੋਦਾਮ ਚੋਂ ਟੈਲਾ ਚੱਕਣ ਵਾਸਤੇ ਨਹਿਰ ਤਾਂ ਆ ਗਈ ਖਾਲੀ ਪਈ ਹੈ ਤਾਂ ਨਹਿਰ ਵਿੱਚ ਪਾਣੀ ਛੱਡੋ ਉਹ ਨਹਿਰ ਆਏ ਛੱਡਦੇ ਨਹੀਂ ਪਾਣੀ ਚ ਛੱਡਣ ਨਹੀਂ ਦਿੰਦੇ ਪੰਜਾਬ ਵਾਲੇ ਕਿਉਂ ਆਏ ਨਹੀਂ ਕਹਿੰਦੇ ਕਿ ਅਸੀਂ ਪਾਣੀ ਨਹੀਂ ਦਿੰਦੇ ਆਏ ਜੀ ਅਸਰ ਉਹ ਆ ਅੱਛਾ ਇੰਨੇ ਡੰਗੀ ਤੇ ਅੱਜ ਟੈਲਾਂ ਘਰ ਪਹੁੰਚਦੀਆਂ ਕਰ ਦੇਣੀਆਂ ਤੇ ਸਵੇਰੇ ਆਪਾਂ ਲਾਉਣੀਆਂ ਸ਼ੁਰੂ ਕਰਨੀਆਂ ਇਹਨਾਂ ਦਾ ਧੰਨਵਾਦ ਜਿਹੜਾ ਇੰਨਾ ਆਪਾਂ ਨੂੰ ਠੀਕ ਠੀਕ ਰੇਟ ਕਰਾ ਕੇ ਗਿਆ ਉਹਦੇ ਬਾਅਦ ਤੁਹਾਨੂੰ ਮਾਸੜ ਮਾਛੜ ਨੂੰ ਗਰਮੀ ਬੜੀ ਚੜੀ ਰਹਿੰਦੀ ਆ ਮੰਗਾ ਫਲੂਦਾ ਖਵਾ ਦਈਏ ਮਾਸੀ ਕਰਦਾ ਕਰਦੀ ਏ ਸੇਵੇਂ ਕਰਦੀ ਦੁੱਧ ਵਾਲੀ ਨਹੀਂ ਮੈਂ ਨਹੀਂ ਕਰਦੀ ਕਰਦੀ ਪੇਟੋ ਕਦੇ ਕੋਈ ਚੀਜ਼ ਤਾਂ ਕਹਦੇ ਮੈਂ ਖਾ ਕੇ ਦੇਖੀ ਆ ਮੈਂ ਯੂਨ ਕਦੇ ਖਾਦੀ ਨਹੀਂ ਕਿ ਹੁੰਦਾ ਜਦ ਕਦੇ ਆਉਣ ਨੇ ਇੱਥੇ ਮਾਸੜ ਨਾਲ ਸਮੋਸੇ ਖਾਣੇ ਨਹੀਂ ਅੱਜ ਜੂਸ ਬਸ ਗੰਨੇ ਦਾ ਸਮੋਸੇ ਕਿੱਥੇ ਖਾ ਕੇ ਜਾਂਦੀ ਨਹੀਂ ਤੂੰ ਤਾਂ ਰੋਣ ਵਾਲਾ ਕੰਮ ਕਰ ਦਨੀ ਆ ਹੋਰ ਹੋਰ ਮੈਂ ਨਹੀਂ ਖਾਣੀ ਆ ਜਾਂ ਕਹਿੰਦੀ ਰੂਹ ਹਫਜਾ ਦੀ ਕਹਿੰਦਾ ਮੈਂ ਤੇ ਕਦੇ ਪੀ ਕੇ ਵੀ ਨਹੀਂ ਦੇਖਿਆ ਕਹੀ ਜੀ ਹੁੰਦੀ ਆ ਮੈਂ ਜਿਹੜੇ ਨੇ ਜੀ ਗੱਲ ਤੈਨੂੰ ਉਹੀ ਦੱਸ ਰਹੀ ਆ ਆ ਕੀ ਹੋਣਾ ਤੇਲ ਦਾ ਤੇਲ ਨਹੀਂ ਹੈਗਾ ਮਾਸੀ ਫਲੇਵਰ ਹੈ
ਸਵਾਦ ਵਾਸਤੇ ਚੀਜ਼ਾਂ, ਸਵਾਦ ਵਾਸਤੇ ਚੀਜ਼ਾਂ ਪਾ ਰਹੇ ਆ। ਕਿੰਨੀ ਘੈਂਟ ਆਪਣੇ ਵਾਸਤੇ ਆ ਗਿਆ। ਭਾਈ ਸਾਹਿਬ ਕੇ ਲਈ ਸਪੈਸ਼ਲ ਆ ਗਿਆ। ਪੂਰਾ ਵਧੀਆ। ਮਾਸੜ ਨੂੰ ਵੀ ਫੋਨ ਆਉਣ ਲੱਗ ਗਿਆ ਸਾਡੇ ਨੂੰ, ਕਹਿੰਦੇ ਵਲੌਗ ਚ ਦੇਖਿਆ ਜੀ ਤੈਨੂੰ, ਹੈ ਵਧਾਈਆਂ ਦੇ ਰਹੇ ਨੇ। ਕਿੰਨਾ ਕੁ ਵਧੀਆ ਲੱਗਦਾ ਫਿਰ? ਪੂਰਾ ਵਧੀਆ। ਹਾਂ ਮਾਸੀਏ ਵਧੀਆ। ਤੂੰ ਤਾਂ ਅੱਜ ਪਹਿਲੀ ਵਾਰ ਖਾਧਾ। ਹੈ ਚੱਲੀਏ ਫਿਰ? ਗਲਾਸ ਦੇ ਕੇ ਜਾ ਨੀ ਬਰੇ ਇਹ ਪੂਰੀ ਨੰਬਰ ਵਨ ਹੈ। ਮਾਸੀ ਉਹ ਫਲੇਵਰ ਪਾ ਰਹੀ, ਮਾਸੀ ਕਹਿੰਦੀ ਸਰੋਂ ਦਾ ਤੇਲ ਪਾ, ਮਾਛੜ ਤਾਂ ਆਪ ਗਈ ਜਾਂਦਾ ਕਹਿੰਦਾ ਫੇਰ ਸਰੋਂ ਦਾ ਤੇਲ ਪਾਤਾ। ਆ ਜਾਓ ਵੀ ਸਾਰੇ ਜਾਣੇ, ਤੁਸੀਂ ਵੀ ਖਾ ਲਓ ਫਲੂਦਾ। ਸੰਗਤ ਆ ਗਈਆਂ ਘਰ, ਨਾਨਾ ਜੀ ਅੱਧੀ ਭਰਤ ਪੈ ਗਈ, ਅੱਧੀ ਗੱਲ ਪਊਗੀ। ਅੱਧਾ ਭਰਤ ਪਾ ਲਿਆ ਪੂਰਾ, ਇਧਰੋਂ ਹੋ ਗਿਆ ਸਾਫ। ਨਾਨਾ ਜੀ ਕਿੱਦਾਂ, ਠੀਕ ਆ? ਓਕੇ ਫੜ ਲਿਆ, ਪਲਾਸਟਰ ਕਰਨਾ, ਸੀਮਟ ਸੀਮਟ ਦੀ ਬੋਰੀ ਹੈਗੀ ਆ, ਪੈਪ ਲਿਆ, ਪੈਪ ਲਿਆ, ਸੀਮਟ ਹੈਗਾ, ਸੀਮਟ ਬਜਰੀ ਸਾਰਾ ਕੁਛ ਹੈਗਾ, ਲਿਆਓ ਲਿਆਓ। ਤੂੰ ਤਾਂ ਪੜ੍ਹ ਦੋ ਜੀ, ਸ਼ੇਰ ਚੌੜਾ ਵਾਲੀ ਕਰਦਾ, ਪੁਰਾਣੀ ਸੀਟ ਸੀ ਉਹ ਤਾਂ ਹੋ ਗਈ ਬੰਦ, ਸੀਮਟ ਤੇ ਬਜਰੀ ਸਿੱਟ ਲਿਆ, ਮਾਸਟਰ ਬੇਚਾਰਾ ਨਹਾਤਾ ਸਵੇਰ ਦਾ, ਹੁਣ ਨਾਲੇ ਫਿਰ ਕੰਮ ਲਾਤਾ। ਮੰਤਰੀ ਸਾਹਿਬ ਕਹਿੰਦੇ ਜਿਹੜੇ ਤੁਸੀਂ ਮੈਨੂੰ ਠੰਡੀ ਠੰਡੀ ਏਸੀ ਦੀ ਹਵਾ ਦਵਾਈ ਆ, ਸਰਜੂ ਇੱਧਰ ਪੂਰੀ ਤਿਆਰੀ ਚੱਲ ਰਹੀ ਹੈ ਪੱਖਾ ਲਾਉਣ ਵਾਸਤੇ। ਮਾਸੜ ਨੂੰ ਮਾਸੜ ਕਹਿੰਦੇ 2 ਮਿੰਟ ਦਾ ਕੰਮ ਆ, ਮੈਨੂੰ ਪੱਖੇ ਪੱਖੇ ਦੀ ਨਹੀਂ ਜ਼ਰੂਰਤ, ਸਮਾਨ ਦੇ ਦਿਓ। 2 ਬੱਟਾ ਰੋੜੀ ਦੇ, ਮਿਲੀ ਹੋਈ ਕੋਈ ਫੋਕੀ ਸਲਾਲ ਰੋੜੀ। ਨੈਕਸਟ ਵਲੌਗ ਦੇ ਵਿੱਚ ਜਿੱਥੇ ਤੁਹਾਨੂੰ ਟੈਲਾਂ ਲੱਗੀਆਂ ਮਿਲੂਗੀਆਂ, ਟੈਲਾਂ ਦਾ ਕੰਮ ਸ਼ੁਰੂ ਕਰ ਦੇਣਾ ਅਸੀਂ ਕੱਲ੍ਹ ਸਵੇਰ ਨੂੰ, ਅੱਜ ਟੈਲਾਂ ਲਏ ਇਹ ਬੇਚਾਰੇ ਸਾਰੇ ਨਹਾਤੇ ਆ, ਰਵੀ ਲੱਗਦਾ ਕਿ ਦੁਬਾਰਾ ਧੋਣਾ, ਰਾਤ ਨੂੰ ਦੁਬਾਰਾ ਧੋਣਾ ਪੈਣਾ। ਇਹਨਾਂ ਦੀ ਡਿਊਟੀ ਲੱਗੀ ਆ ਰੋੜੀ ਸਿੱਟਣ ਤੇ, ਰਵੀ ਮਸਾਲਾ ਮਿਕਸ ਕਰ ਰਿਹਾ, ਰਵੀ ਤੇ ਮਾਸੜ ਕਹਿੰਦੇ ਮਿੰਟ ਚ ਕਰ ਦੇਣੀ ਸੀਟ ਫਿਕਸ।
ਬਹੁਤ ਆ ਜਗ੍ਹਾ ਹੈ ਨਾ, ਉਹ ਸੀਟ ਉਧਰ ਹੈ ਨੀ, ਖੁੱਲੀ ਇਧਰੋਂ ਤਾਂ ਜਗ੍ਹਾ, ਤਾਂ ਮੈਂ ਵੀ ਹਿੰਦੀ ਕਿਹਾ ਸੀ ਹਿੰਦੀ ਹੀ ਲਗਾਇਓ, ਜਦੋਂ ਫਰਸ਼ ਲੱਗ ਗਿਆ ਫਿਰ ਵੱਧ ਲੱਗੂਗੀ ਜਗ੍ਹਾ ਹੈ ਨਾ। ਆ ਗਈ ਰੋੜੀ, ਘੱਟੋ ਘੱਟ ਚਾਰ ਬੱਠਲ ਪੈ ਜਾਣੇ ਹੋਰ, ਮੈਨੂੰ ਲੱਗਦਾ ਅੱਗੇ ਪਤਾ ਨੀ। ਸ਼ਾਬਾਸ਼, ਬਾਹਰੋਂ ਵਿਊ ਦੇਖ ਲਓ ਤੁਸੀਂ, ਕੋਲੇ ਆਪਣੇ ਰੈਡੀ ਆ। ਮਾਸੜ ਲਾ ਰਹੇ ਆ ਸਵੇਰ ਵਾਸਤੇ ਜੁਗਾੜ, ਕਿਉਂਕਿ ਸਾਡੀ ਪੁਰਾਣੀ ਸੀਟ ਹੋ ਗਈ ਬੰਦ। ਹੈ ਅੱਛਾ, ਓਹੋ ਨਾਨਾ ਵੀ ਕਹਿੰਦਾ ਤਾਂ ਹੀ ਸੀਟ ਲਾ ਰਹੇ ਆ, ਜੇ ਪਹਿਲੀ ਬੰਦ ਹੋ ਗਈ ਹੈ ਨਾ। ਪਤਲੇ ਪੁਤਲੇ ਦਾ ਚੱਕਰ ਤਾਂ ਨੀ ਕੋਈ, ਕੋਈ ਚੱਕਰ ਨੀ, ਹੁਣ ਦੋ ਸਮਾਨ ਹੁਣ ਤਾਂ ਪਹਿਲਾਂ ਇਹਦੀ ਹੋ ਰਹੀ ਹੈ ਕੁਟਾਈ। ਕਿੱਦਾਂ ਫਿਰ ਸੰਗ ਤੋਂ ਨਾ ਤੋਂ ਆਏ? ਰੋਟੀ ਰੋਟੀ ਖਾਵਾਂਗੇ, ਪਹਿਲਾਂ ਐਮਰਜੈਂਸੀ ਕੰਮ ਕਰ ਰਹੇ ਹਾਂ, ਸਵੇਰੇ ਔਖਾ ਹੋ ਜਾਂਦਾ ਫਿਰ। ਇਸ ਕਰਕੇ ਮਿਸਤਰੀ ਜਿਆਦਾ ਕੰਮ, ਇਸ ਕਰਕੇ ਕੱਲੀ ਸੀਟ ਲਾ ਰਹੇ ਹਾਂ, ਬਾਕੀ ਕੰਮ ਕਰ ਲਏ। ਹਾਂ ਕਿ ਸਵੇਰ ਤੱਕ ਸੀਮਿੰਟ ਪੱਕ ਜੂਗਾ, ਚੱਕ ਦੋ ਪੱਟੇ ਮਿਸਤਰੀ ਸਾਹਿਬ, ਲਾ ਦੋ ਹੋਰ ਕੀ ਚਾਹੀਦਾ, ਮਿੰਟਾ ਮਿੰਟ ਹੀ ਤੁਹਾਨੂੰ ਸਮਾਨ ਅਰੇਂਜਮੈਂਟ ਕਰਕੇ ਦੇ ਤਾ। ਬਾਕੀ ਗੱਲਾਂ ਦੀ ਗੱਲਾਂ ਬਾਅਦ ਚ, ਮਿਸਤਰੀ ਨੇ ਜਦੀ ਕੁੜਤਾ ਪਾਲਿਆ, ਮੱਛਰ ਨੀ ਲੜਿਆ ਡੈਡੀ। ਕਿਹੜੀ ਸੰਗਤ ਰਹਿ ਗਈ ਰੋਟੀ ਖਾਣ ਤੋਂ, ਖੁਸ਼ੀ ਕਿੱਥੇ? ਬਲੌਗ ਦੇ ਦੀ ਆ ਕੰਮ ਤੁਸੀਂ ਸਹੀ ਕੀਤਾ, ਦੋਨਾਂ ਸੀਟਾਂ ਲੱਗੂਗੀਆਂ, ਕਿਸੇ ਨੂੰ ਬੈਠਣ ਵਾਲੀ ਪਸੰਦ ਆ, ਕਿਸੇ ਨੂੰ ਦੂਸਰੀ ਪਸੰਦ ਆ। ਦਿਮਾਗ ਸਹੀ ਆ ਨਾ ਮੇਰਾ, ਇਹ ਮਾਛੜ ਸਕੀਮ ਲਾ ਰਿਹਾ, ਕਿਉਂਕਿ ਮਾਛੜ ਸਵੇਰੇ ਗੁਰਦੁਆਰੇ ਜਾਣਾ ਤਾਂ ਨਾ, ਤੋ ਕਿ ਮਾਛੜ ਦਾ ਕਹਿੰਦਾ ਵੀ ਮੈਂ ਸਵੇਰੇ ਕਿਹਦੇ ਘਰੇ ਜਾਊਂਗਾ, ਸਹੀ ਆ ਮਾਛੜਾ ਦੀ ਜਗ੍ਹਾ।
ਮਾਤਰ ਮਾਸੜ ਸਾਡਾ ਅੰਮ੍ਰਿਤਧਾਰੀ ਨਾ ਤਾਂ ਕਰਕੇ ਸਵੇਰੇ ਮਾਸੜ ਦੇ ਸਵੇਰੇ 4 ਵਜੇ ਗੁਰੂ ਘਰ ਜਾਣਾ ਹੁੰਦਾ ਗਾ ਮਾਸੜ ਪਿੰਡ ਹੋਵੇ ਇੱਥੇ ਹੋਵੇ ਜਾਣਾ ਹੀ ਜਾਣਾ ਮਾਸੜ ਪੱਕੇ ਟਾਈਮ ਇੱਧਰ ਮਾਸੜ ਨੇ ਧੂਆ ਕੀਤਾ ਪਿਆ ਮੱਛਰ ਨਾ ਲੜੇ ਕਿਸੇ ਦੇ ਹਨਾ ਲੈਵਲ ਚੈੱਕ ਕਰਦੇ ਆ ਇਹ ਮੈਂ ਕਿਹਾ ਥੱਪੜ ਪਊਗਾ ਇਹਦੇ ਹਾਂ ਸਾਫ਼ ਕਰ ਦੂਗੇ ਸੀਮਿੰਟ ਜਾਮ ਜੂਗਾ ਹਾਂ ਗੁਰੂ ਜੀ ਦਾ ਪਾਣੀ ਪੁਲੀ ਖੜਾ ਕੇ ਦੇਖਣੀ ਵੀਰਵਾਰ ਕੇ ਚੰਗਾ ਪਾਣੀ ਪਾਵੇਂਗਾ ਇੱਥੇ ਮੋਟਰ ਤੇ ਲਾ ਦੀ ਨਾ ਮੈਂ ਕਿਰਪਾ ਕਰ ਕਰਨਾ ਉਹ ਤਾਂ ਬੰਦ ਨਹੀਂ ਕਰਨਾ ਆ ਤਾਂ ਹੁਣ ਨਹੀਂ ਸਮਝਣ ਦੀ ਲੋੜ ਨਹੀਂ ਹੈਗੀ ਕਿੱਦਾਂ ਬਿੱਤੜੇ ਪਏ ਆ ਦੋਨੇ ਜੀ ਟੈਂਕੀ ਭਰ ਲਈ ਆਪਣੀ ਲੋ ਜੀ ਅੱਜ ਫਸਟ ਟਾਈਮ ਆਪਣੀ ਟੈਂਕੀ ਵੀ ਭਰ ਹੋ ਗਈ ਉੱਪਰ ਟੈਂਕੀ ਭਰ ਹੋ ਗਈ ਆਪਣੀ ਜਿੱਧਰ ਮਰਜ਼ੀ ਪਾਣੀ ਦਾ ਤਾਂ ਸੁੱਖ ਹੋਇਆ ਹੁਣ ਇੰਨਾ ਔਖਾ ਸੀ ਬੰਦਾ ਤਾਂ ਇੱਥੇ ਬਹਿ ਕੇ ਵੀ ਨਹਾ ਸਕਦਾ ਇਹਦੇ ਉੱਪਰ ਹੈ ਨਾ ਬਾਹਰ ਮਿਸਤਰੀ ਸਾਹਿਬ ਕੰਮ ਕਰਨ ਲੱਗੇ ਪਏ ਆ ਮਿਸਤਰੀ ਇੱਧਰ ਅੰਦਰ ਕੀ ਚੱਲ ਰਿਹਾ ਮਾਸੀ ਬਲੌਗ ਨੂੰ ਸ਼ੇਅਰ ਕਰੋ ਲੈ ਮਾਸੀ ਲਾ ਕੇ ਦਵਾਂ ਉੜ ਗਿਆ ਮਾਸੀ ਤੋਂ ਬਲੌਗ ਇੱਧਰ ਅਰਮਾਨ ਸਿੰਘ ਸੌ ਗਿਆ ਰੋਟੀ ਖਾ ਲਈ ਇੱਧਰ ਖੁਸ਼ੀ ਵੀ ਬਲੌਗ ਦੇਖਣ ਲੱਗੀ ਪੜ੍ਹ ਕੇ ਦੱਸ ਮੈਂ ਨੀ ਜਾ ਬੰਦੀ ਚਲੋ ਇਹ ਬਲੌਗ ਪੈ ਗਿਆ ਹੁਣ ਸੀਟ ਦਾ ਲਾਤੀ ਆਪਾਂ ਸੀਣੀ ਕਿਤੇ ਲਾਤੀ ਪੰਗਾ ਪੈ ਗਿਆ ਇਹ ਜਦੋਂ ਪਾਣੀ ਨਿਕਲੂ ਸਾਰਾ ਸਿਸਟਮ ਦੇ ਅੰਦਰ ਹੀ ਜਾਊ ਉਹਦੇ ਜੋ ਭਰੂਗਾ ਫਿਰ ਨਿਕਲੂਗਾ
ਸ਼ਰਟ ਮਿਲ ਗਿਆ ਉਹ ਪੈਪ ਭੁੱਲੀ ਗਿਆ ਪਾ ਭੈਣ ਪੈਪ ਲਾਇਆ ਨੀ ਆਪਾਂ ਦੁਆ ਕਰੀ ਚਾਰ ਵਜੇ ਸਾਰੇ ਉਠਾ ਦਿੰਦੇ ਸੀਟ ਅੰਦਰ ਆਪਾਂ ਫਿਕਸ ਕਰਤੀ ਆ ਇੱਧਰ ਕਰਕੇ ਵੀ ਦੱਬਤੀ ਪਰ ਆ ਪੈਪ ਨੀ ਲਾਇਆ ਹੈਗਾ ਕਹਿੰਦੇ ਦੇਖਿਆ ਕਹਿੰਦੇ ਹਰੇ ਮਾਸੀ ਉਹਨੇ ਅੱਧੇ ਤੇ ਖਾਲੀ ਹਜੇ ਖਾਲੀ ਵਿਆਹ ਤਾਂ ਕੋਈ ਨੀ ਹੁੰਦਾ ਕੱਲ ਤਾਂ ਕੱਪੜਾ ਫਿਰ ਤਾਂ ਠੀਕ ਆ ਹਾਂ ਸਵੇਰੇ ਪੈਪ ਲਾਵਾਂਗੇ ਚੱਲ ਵਾ ਚੱਲ ਬਲੌਗ ਦੇਖੀ ਆਪਾਂ ਚਲੋ ਬਾਅਦ ਚ ਦਿਖਾ ਦਾਂਗੇ ਕਿਹੜਾ